ਜਵਾਨ ਕਰਿਆ ਹੁਸੈਨ ਦੀਦੀ ਇੱਕ ਸਕਿੰਟ ਜ਼ਾਇਆ ਨਹੀਂ ਕਰਨਾ ਮੇਰੇ ਤੋਂ ਪਹਿਲੇ ਮੇਰੇ ਮਹਿਮਾਨ ਮੇਰੇ ਭਾਈ ਏਡੇ ਉੱਚੇ ਵਹਿਣ ਮੀਆਂ ਮੁਖਤਾਰ ਕਰਿਆ ਸ਼ਾਮ ਦੀ ਨਗਰੀ ਹੱਲਿਆ ਕਿਆ ਬਾਤ ਹੈ ਕਿਆ ਬਾਤ ਹੈ ਜੋਲੀਆਂ ਫਿਲਾਵਾ ਸੁਨੌਕਰ ਇੱਕ ਦਿਹਾੜਾ ਏਡਾ ਉੱਚਾ ਰੋਣੀ ਹੈ ਜ਼ਾਲਮ ਵੇਖ ਕੇ ਆਉਂਦਾ ਜਿਹੜੀ ਬੱਚੀ ਬਾਬਾ ਬਾਬਾ ਵਹਿਣ ਕਰਕੇ ਰੋਂਦੀ ਹੈ ਹੁਸੈਨ ਦੀ 4 ਸਾਲਾਂ ਦੀ ਧੀ ਹੈ ਕਿਆ ਬਾਤ ਹੈ ਬਈ ਬੜੀ ਮਨਜ਼ੂਰੀ ਵਾਲੀ ਮਜਲਿਸ ਹੈ ਮੇਰਾ ਗਾਰੇ ਵਤਨ ਹੈ ਮੇਰੇ ਤੋਂ ਬਾਅਦ ਮੇਰੇ ਤੋਂ ਬਿਹਤਰ ਪੜ੍ਹਨ ਵਾਲੇ ਮੇਰੇ ਮਹਿਮਾਨ ਇਹ ਜ਼ਾਲਮਾਂ ਦੇ ਵੰਜੋ ਸਜਾਦ ਨੂੰ ਮੇਰੇ ਦਰਬਾਰ ਚ ਗਿਣਾਓ ਬਾਈ ਯਾਰ 13 ਸਿਪਾਹੀ ਮੈਂ ਅਦਬ ਨਾਲ ਇਵੇਂ ਪੜ੍ਹਦਾ ਰਹਿੰਦਾ 13 ਸਿਪਾਹੀ ਜ਼ਿੰਦਾਨ ਦੇ ਦਰ ਤੇ ਆਏ ਮੈਂ ਮੁਸਾਹਿਬ ਪਿਆ ਪੜ੍ਹਨਾ ਜੱਪਾ ਸਾਹਿਬ ਮੇਰੇ ਵਾਲੇ ਪਾਸੇ ਤਵੱਜੋ ਰੱਖੋ 13 ਸਿਪਾਹੀ ਜ਼ਿੰਦਾਨ ਦੇ ਦਰ ਤੇ ਆਏ ਅੱਲਾ ਇਸ ਤੋਂ ਜ਼ਿਆਦਾ ਇੱਜ਼ਤ ਔਰ ਤਰੱਕੀ ਦੇਵੇ 13 ਸਿਪਾਹੀ ਜ਼ਿੰਦਾਨ ਦੇ ਦਰ ਤੇ ਆਏ ਬਿਮਾਰ ਦੀ ਕਿਹੜੀ ਹਾਲਤ ਹੈ ਹੱਥਾਂ 'ਚ ਹੱਥ ਘੜੀਆਂ ਪੈਰਾਂ ਚ ਬੇੜੀਆਂ 5 ਸਾਲ ਦਾ ਬਾਕਰ ਇੱਕ ਸਿਪਾਹੀ ਹੱਕਲ ਮਾਰੀ ਸਜਾਦ ਇਵੇਂ ਕੜੀਆਂ ਤੋਂ ਮੱਥਾ ਚਾ ਕੇ ਆਉਂਦੇ ਜੀ ਬਿਸਮਿਲ੍ਲਾ ਦਾ ਸੁਭਾਵ ਹੈ ਮਰਹੂਮ ਭੱਟੀ ਸਾਹਿਬ ਹੋਰਾਂ ਨੂੰ ਉਹ ਪੜਦੇ ਹੁੰਦੇ ਪਿਓ ਜੋ ਉੱਠਿਆ ਨਾਲ 5 ਸਾਲ ਦੇ ਪੁੱਤਰ ਨੂੰ ਉਠੀਵਣਾ ਪਿਆ ਹੈ ਤੇਰਾ ਕੋਈ ਲੜਦਾ ਜਿਗਰ ਯਾਰ ਤੇ ਰੋ ਰੋ ਕੇ ਆਖਿਆ ਬਾਬਾ ਕਮਰ ਇਸ ਦਾ ਸਿੱਧੀ ਕਰ ਮਰਹਬਾ ਭਲਾ ਮੈਂ ਨੌਕਰਾਂ ਦੀਆਂ ਦੇ ਪਰਦੇ ਹੋਵੇ ਲੱਖ ਵਾਰੀ ਆਖਾਂ ਬਾਬਾ ਹਾਕਮ ਸੱਦੇ ਕਿੱਥਾ ਦਰਬਾਰ ਚ ਪੀਰ ਤਾਬਸ਼ਾਹ ਦੀ 4 ਦਫਾ ਦਾ ਮਜ਼ਲੂਮ ਦਾ ਸਵਾਰਾ ਮੱਕਾ ਮਦੀਨਾ ਕਬਰੇ ਹੁਸੈਨ ਤੇ ਖੜਾ ਮੈਂ ਪੜਦੇ ਅਦਬ ਨਾਲ ਭਾਈਆਂ 13 ਸਿਪਾਹੀਆਂ ਦੇ ਨਾਲ ਇਮਾਮ ਜ਼ਿੰਦਾਨ ਚ ਹੈ ਦਰਬਾਰ ਚ ਵਾਪਸ ਆਏ ਨਾ ਜ਼ਿੰਦਾਨ ਚ ਖੁਦਾ ਗਵਾਹ ਮੇਰੀ ਸਹਿਣ ਦੀ ਪਈ ਦੀਦ ਸਾਹਮਣੇ ਆ ਕੇ ਨਿੱਕੇ ਨਿੱਕੇ ਹੱਥ ਜੋੜ ਕੇ ਆਉਂਦੀ ਹੈ ਕਹਿੰਦੀ ਵੀਰ ਵੱਧ ਕਿਉਂ ਮਾਰਾ ਦੇ ਇਮਾਮ ਦੀ ਆਵਾਜ਼ ਆਉਂਦੀ ਮਾਸੂਮਾ ਤੁਸੀਂ ਰੋਂਦੇ ਆਵੇ ਨਾ ਆਦੀ ਅੰਮਾ ਦਾ ਜਾਇਆ ਤੁਸੀਂ ਇਮਾਮ ਹੋ ਇਮਾਮ ਦੇ ਪੁੱਤਰ ਹੋ ਕਹਿੰਦੀ ਵੀਰ ਇੱਕ ਦਫਾ ਮੈਂ ਕੋ ਬਾਬੇ ਦਾ ਸਰ ਮਿਲਾ ਚਾ ਮੈਂ ਵਾਦੇ ਨਾਲ ਪਿਆ ਨਹੀਂ ਆ ਅੱਜ ਦੇ ਬਾਅਦ ਮੈਂ ਨਾ ਰੋਸਾ ਕੋਸ਼ਿਸ਼ ਕਰੇ ਰੋਣ ਦੀਆਂ ਰਾਤੀ ਰੋਣ ਦੇ ਦਿਨ ਭਾਈ ਗੁਲਾਮ ਬਾਸ ਅੱਲਾ ਜ਼ਿੰਦਗੀ ਦਰਾਜ਼ ਕਰੇ ਅਸੀਂ ਕਰਦਾ ਸਦਕਾ ਮੌਲਾ ਮਜ਼ੀਦ ਤਰੱਕੀ ਦੇਵੀ ਇਮਾਮ ਬਾਈਜਾਨ ਸਿਪਾਹੀਆਂ ਦੇ ਸਾਹਮਣੇ ਆਏ ਨਾ ਜ਼ਾਲਮਾ ਮੈਂ ਇਮਾਮ ਆ ਇਮਾਮ ਦਾ ਪੁੱਤਰ ਆ ਵਾਦੇ ਨਾਲ ਪਿਆ ਨਾ ਇੱਕ ਦਫਾ ਮੈਂ ਕੋ ਬਾਬੇ ਦਾ ਸਰ ਦੇ ਜਾ ਮੈਂ ਤੇ ਕੋ ਲਿਖ ਕੇ ਦੇਣਾ ਅੱਜ ਦੇ ਬਾਅਦ ਮੇਰੀ ਵੇ ਨਾ ਰੋਸੀ ਮੇਰੀ ਬਾਦਸ਼ਾਹ ਜੀ ਦੇ ਅਲਵਾਂ ਦੇ ਦਰਮਿਆਨ ਖੜਾਈ ਆ ਜੁਮਲਾ ਮੈਂ ਚਲੇ ਉੱਠ ਪੜਾ ਕਿ ਸਈਏ ਦਾ ਬੋਲ ਠੀਕ ਖੜਾ ਮੇਰੇ ਵੇਖ ਕੇ ਨਾ ਸ਼ਾਹ ਸਾਹਿਬ ਜੁਮਲਾ ਨੂੰ ਕਾ ਨਹੀਂ ਇਵੇਂ ਬਿਰਾ ਦੇ ਸਾਹਮਣੇ ਹੱਥ ਜੋੜ ਕੇ ਆਂਦੀਏ ਅੱਜ ਦੇ ਬਾਅਦ ਨਾ ਹੋਸਾ ਤੇ ਨਾ ਰੋਸਾ ਮਰਹਬਾ ਮਰਹਬਾ ਮਰ ਨੌਕਰਾ ਭਾਈ ਕਿਆ ਬਾਤ ਹੈ ਲੱਖ ਵਾਰੀ ਆਖਾ ਅਦਾਦਾਰਾ ਮੈਂ ਮੰਗੇ ਯਾਲੀਆ ਦੇ ਦਰ ਤੋਂ ਆਂਦਾ ਵੇ ਇੱਕ ਸਿਪਾਹੀ ਦੇ ਹੱਥਾਂ ਤੇ ਮਜ਼ਲੂਮ ਦਾ ਸਾਰੇ ਪੁੱਛਿਆ ਕਿਆ ਮਤਲਬ ਦੇ ਕਦੀਮੀ ਅਜ਼ਾਦਾਰੋ ਇੱਕ ਮੁਹਰਮ ਦੇ ਰੋਮਣ ਬੈਠੇ ਹੋ ਮੇਰਾ ਵਤਨ ਹੈ ਮੇਰਾ ਘਰ ਹੈ ਪੁੱਛਿਆ ਕਿਆ ਮਤਲਬ ਦੇ ਮੀਆਂ ਮੁਖਤਾਰ ਆਪਣੇ ਚੌਥੇ ਗਰੀਬ ਇਮਾਮ ਕੋਲੋਂ ਜੇ ਸਿਪਾਹੀ ਤੇਰੇ ਬਾਬੇ ਮਜ਼ਲੂਮ ਦਾ ਸਾਰ ਕੀ ਵਿਚਾਇਆ ਜੀਓ ਭਾਈ ਨੌਕਰਾ ਮੈਂ ਅਦਬ ਨਾਲ ਇਵੇਂ ਪੜਦਾ ਰਹਿਣਾ ਜਿਹੜੇ ਕਰਬਲਾ ਦੇ ਜ਼ਵਾਰ ਬੈਠੇ ਹੋ ਭਾਈਜਾਨ ਇਵੇਂ ਇੱਕ ਸਿਪਾਹੀ ਦੇ ਹੱਥਾਂ ਤੇ ਸਾਰਿਆਂ ਜ਼ਿੰਦਾਨ ਦੇ ਦਰ ਤੇ ਆ ਕੇ ਆਂਦਾ ਸਜਾਦ ਹੁਸੈਨ ਦੇ ਪਾਕ ਦੇ ਵਾਰਸ ਭਾਈਜਾਨ ਇਵੇਂ ਕਮਰ ਸਿੱਧੀ ਕਰਕੇ ਆਂਦੇ ਜੀ ਇਹ ਤੇਰੇ ਬਾਬੇ ਦਾ ਸਰ
ਵੈਣ ਸੁਣਾਵਾ ਬੈਠ ਦੇ ਆਜ਼ਾਦਾਰਾਂ ਇਮਾਮ ਦੇ ਹੱਥਾਂ ਤੇ ਸਾਰਾ ਜਾਏ ਮਜ਼ਲੂਮ ਦੇ ਤਸੇ ਨਾ ਬਹਲੇ ਤੇ ਹੌਲੇ ਹੌਲੇ ਆਵਾਜ਼ ਆਉਂਦੀ ਹੈ ਸਜਾ ਦੇ ਹਾਂ ਬਾਬਾ ਫੁੱਫੀ ਆਲੀਆ ਦਾ ਕੀ ਹਾਲ ਹੈ ਬਾਬਾ ਖੈਰ ਏ ਅਗਲਾ ਸਵਾਲ ਹੈ ਸਜਾਦ ਮੇਰੀ ਸਕੀਨਾ ਦਾ ਕੀ ਹਾਲ ਹੈ ਬਾਬਾ ਬਹੁ ਰੋਂਦੀ ਏ ਅਗਲਾ ਸਵਾਲ ਹੈ ਸਜਾਦ ਮੇਰੇ 5 ਸਾਲ ਦੇ ਬਾਕਰ ਦਾ ਕੀ ਹਾਲ ਏ ਵਤਨ ਵਾਲਿਆ ਕਣ ਪਿੱਛੇ ਆਵਾਜ਼ ਆਈ ਏ ਦਾਦਾ ਨਿਭੇਂਦਾ ਵਜਾ ਉਮਰ ਥੋੜੀ ਆਈ ਦੁੱਖ ਢੇਰ ਆਏ ਨੌਕਰਾ ਕੋਸ਼ਿਸ਼ ਕਰ ਨੌਕਰਾ ਧੀਆਂ ਦੇ ਪਰਦੇ ਹੋਵੇ ਮਸੂਮਾ ਮੇਰਾ ਵਤਨ ਸੁਣਦਾ ਹੀ ਅਦਾ ਵੇ ਆਦੀ ਜੀ ਵਿਵਸੀ ਮਦੀਨਾ ਭਾਈ ਅਰਸ਼ਾਦ ਤੁਸਾਂ ਤੁਹਾਡਾ ਸਾਡਾ ਤੁਹਾਡਾ ਕਾਫਲਾ ਕਰਬਲਾ ਪਿਛਲੇ ਸਾਲ ਇਕੱਠਾ ਆਈ ਇਹ ਜ਼ਿਕਰ ਦਾ ਸਦਕਾ ਅੱਲਾ ਸਾਰਿਆਂ ਨੂੰ ਲੈ ਵੰਜੇ ਮਸੂਮਾ ਅਜ਼ਾਦਾਰਾ ਬਜ਼ੁਰਗ ਜ਼ਾਕਰ ਐਵੇਂ ਪੜਦੇ ਆ ਐਵੇਂ ਉੱਠੀਏ ਜਿਵੇਂ ਪੱਖੀ ਨੂੰ ਗਜ਼ ਲੱਗਦਾ ਹੈ ਆਂਦੀ ਜੀ ਵਿਵਸੀ ਮਦੀਨਾ ਬਾਬਾ ਮਿਲਣ ਆਏ ਕਿੱਥਾਂ ਜ਼ਿੰਦਾਨ ਦੇ ਦਰ ਤੇ ਅਦਬ ਦੀ ਜ਼ਾਕਰੀ ਦੇ ਦੋ ਵਹਿਣ ਕਰਾਂ ਅਜ਼ਾਦਾਰਾ ਜਦੋਂ ਮੇਰੀ ਮਖਦੂਮਾ ਨੂੰ ਪਤਾ ਲੱਗਾ ਨਾ ਜੋ ਬਾਬਾ ਮੈਂ ਕੋ ਮਿਲਣ ਆਇਆ ਆਂਦੀ ਕਹਿਦੀ ਵੀਰ ਅੰਮਾ ਦਾ ਜਾਇਆ ਇੱਕ ਗੱਲ ਮੈਂ ਦਾਦੀ ਫਿਜ਼ਾ ਨਾਲ ਕਰਨੀ ਹੈ ਮਿਆਲੀ ਹੁਸੈਨ ਦਾ ਇਹ ਹੱਥ ਨੱਪ ਕੇ ਵੱਖਰਾ ਗਿਰ ਗਈਏ ਐਵੇਂ ਹੁਸੈਨ ਦੀਦੀ ਨਿੱਕੇ ਨਿੱਕੇ ਹੱਥ ਜੋੜ ਕੇ ਆਂਦੀ ਦਾਦੀ ਮਦੀਨਾ ਨਹੀਂ ਸ਼ਾਮ ਏ ਦਾਦੀ ਘਰ ਨਹੀਂ ਜ਼ਿੰਦਾ ਨੇ ਦਾਦੀ ਬਾਬਾ ਮੈਂ ਕੋ ਮਿਲਣ ਪਿਆਂਦਾ ਹੈ ਜਦਾ ਬਾਬਾ ਸੀ ਨਾ ਮੈਂ ਬਾਬੇ ਦੇ ਨਾਲ ਲੱਗੀ ਰਹੀ ਸਾਂ ਦਾਦੀ ਸਜਾਦ ਡਾਡਾ ਬਿਮਾਰ ਏ ਬਾਕਰ ਦਾ ਸਨ ਛੋਟਾ ਏ ਦਾਦੀ ਮੈਂ ਰੁੱਲੀ ਹੋਈ ਸਹੀ ਆਜ਼ਾਦੀਆਂ ਇਹਸਾਨ ਕਰੇ ਮੇਰਾ ਮਈਆ ਤਾਂ ਮੇਰੇ ਬਿਰਾ ਨਾਲ ਚਲਾਵੇ ਜਾ ਅਜ਼ਾਦਾਰਾ ਦਾਈ ਦੀ ਆਵਾਜ਼ ਆਂਦੀ ਤੁਹਾਡੇ ਮਈਆ ਦੀ ਮੈਂ ਚਲਾਵਣੇ ਆਏ ਮਰਹਬਾ 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 ਭਲਾ ਹੋਵੇ ਭਾਈ ਆਹ ਮੇਰੀਆਂ ਬਾਵਾਂ ਬੈਣਾ ਦੀਆਂ ਪਿੰਡਕੇ ਵਾਲੀਆਂ ਸੈਂਡ ਮੁਕਾਣ ਦੇ ਵਿਆ ਹੈ ਸਰ ਗੇਨਾ ਵਾ ਆਂਦੀ ਅੰਮਾ ਦਾ ਜਾਇਆ ਜਦਾ ਵਸਦਾ ਇਹਦਾ ਸ਼ਹਿਰ ਮਦੀਨਾ ਤੇ ਬਾਬਾ ਪਲੰਗ ਤੇ ਸੰਦਾ ਆਈ ਮੈਂ ਬਾਬੇ ਦੇ ਸੀਨੇ ਤੇ ਸੰਦੀ ਆ ਮੈਂ ਕੋ ਨੀਂਦਰ ਆਵੈਂਦੀ ਆਈ ਮੇਰੇ ਬਾਬੇ ਨੂੰ ਸਕੂਨ ਆਵੈਂਦਾ ਸਜਾਦ ਮੁੱਢੇ ਤੋ ਗਈ ਏ ਮੈਂ ਬਾਬੇ ਦਾ ਦੇਵਣਾ ਹੈ ਉਧਾਰ ਕਹਿੰਦੀ ਵੀਰ ਅੱਜ ਮੈਂ ਮਿੱਟੀ ਤੇ ਸਮਨੀ ਆ ਮੇਰੇ ਬਾਬੇ ਦਾ ਸਾੜ ਮੇਰੇ ਸੀਨੇ ਤੇ ਰੱਖ ਜਾ ਮਤਾਂ ਦੇ ਆਜ਼ਾਦਾਰਾ ਇਮਾਮ ਬਿਸਮਿਲਾ ਪੜ ਕੇ ਬਾਬੇ ਦਾ ਸਾੜ ਭੇਣ ਦੇ ਸੀਨੇ ਤੇ ਰੱਖੈ ਕਿਆ ਬਾਤ ਹੈ ਭਾਈ ਕਿਆ ਬਾਤ ਇਸ ਵੇਲੇ ਰਾਤ ਦੇ ਰੋਣ ਵਾਲਾ ਕਵੇ ਮੇਰੀ ਸੈਣ ਦੋਵੇਂ ਹੱਥ ਬਣਾਏ ਨੇ ਰਾਜ ਰੁਨੀ ਬਾਦਸ਼ਾਹ ਦੀ ਵੀ ਅੱਜ ਕਲਵਾਰ ਕੀ ਆਦੀ ਬਾਬਾ ਨੀਂਦਰਾ ਇਹ ਤਾਂ ਸੰਭੋ ਬੀਬੀ ਆਦੀ ਬਾਬਾ ਜਦਾ ਵਸਦਾ ਸ਼ਹਿਰ ਮਦੀਨਾ ਤੁਸ ਸਮਾਨੇ ਆਵੇ ਅੱਜ ਮੈਂ ਪਿਆ ਦੀ ਆ ਸੰਭੋ ਹੈ ਵਕਤ ਆਇਆ ਪਹਿਲਾ ਵੈਣ ਕਰਕੇ ਆਦੀ ਬਾਬਾ ਤੇਰੀਆਂ ਰਗਾ ਕਹਿ ਕੱਟੀਆਂ ਨੇ ਅਗਲਾ ਵੈਣ ਕਰਕੇ ਆਦੀ ਬਾਬਾ ਮੇਰਾ ਮਦੀਨੇ ਵਾਸਤੇ ਰੂਹ ਮੰਗਦਾ ਹੈ ਅਗਲਾ ਵੈਣ ਕਰਕੇ ਆਦੀ ਬਾਬਾ ਮੇਰਾ ਸੁਖਣਾ ਭੇਣ ਵਾਸਤੇ ਰੂਹ ਮੰਗਦਾ ਹੈ ਉਹ ਜਵਾਨਾ ਮਾਤ ਗਿਆ ਤ੍ਰੀਜਾ ਵੈਣ ਮਿੰਬਰ ਦੀ ਕਸਮ ਮੇਰੀ ਸਹੇੜੇ ਜਿਆ ਕੀਤਾ ਸ਼ਾਮ ਦੀ ਨਗਰੀ ਹੱਲੀ ਹੈ ਰੋ ਰੋ ਕੇ ਖੜੀ ਆਂਦੀ ਹੈ ਬਾਬਾ ਔਰ ਨੇਜ਼ ਤੇ ਕੁਰਾਨ ਪੜਨ ਵਾਲਾ ਬਾਬਾ ਇੱਕ ਦਫਾ ਕੀ ਕੋਲਾ ਧੀਆਂ ਬੈਠੀਆਂ ਨੇ ਔ ਭੈਣਾ ਬੈਠੀਆਂ ਨੇ ਸਾਰੀਆਂ ਦੇ ਸਾਰ ਜ਼ਖਮੀ ਹੈ ਨਾ ਮੇਰੀ ਕਾਗੋ ਜ਼ਖਮੀ ਹੈ ਅੱਲਾ ਮਾਨ ਨੌਕਰਾ ਭਾਈ ਜ਼ਿਕਰ ਦਾ ਸਦਕਾ ਮੌਲਾ ਫਿਰਾ ਦੇ ਦਰਜਾਤ ਬੁਲੰਦ ਕਰੇ ਅਗਲਾ ਵੈਣ ਕਰਕੇ ਆਂਦੀਏ ਬਾਬਾ ਮੈਂ ਕੋ ਵੱਖਰੇ ਉੱਠ ਤੇ ਬਹਾਇਆ ਹਾਨੇ ਆਦਰਾ ਪਵਣ ਵਾਲੀਏ ਕਦੇ ਵੀ ਅਜ਼ਾਦਾਰ ਮੇਰੇ ਸਾਹਮਣੇ ਬੈਠੇ ਹੋ ਜ਼ਵਾਰੇ ਕਰਬਲਾ ਬੈਠੇ ਹੋ ਇਹ ਅਲਮਾਂ ਦੇ ਦਰਮਿਆਨ ਖੜਾ ਬਾਬੂ ਜੋ ਮਿੰਬਰ ਸ਼ਬੀਰ ਤੇ ਵਤਨ ਵਾਲੇ ਰੁੱਕ ਗਿਆ ਜਿੱਥੋਂ ਤੋਂ ਸਦਕ ਸਾਹਿਬ ਛੱਡਿਆ ਜਿਹੜਾ ਵਹਿਣ ਛੱਡ ਗਿਆ ਦਿਲ ਪਿਆ ਚਾਹੁੰਦਾ ਮੇਰਾ ਵਤਨ ਹੈ ਬਜ਼ੁਰਗਾਂ ਦੀ ਜ਼ਾਕਰੀ ਲਾਸ਼ ਹੈਗੇ ਪੀਰ ਇਮਾਮ ਹੁਸੈਨ ਪੁੱਛਿਆ ਕਿਆਮਤ ਦੇ ਇਮਾਮ ਸਜਾਦ ਕੋਲੋਂ ਜੋ ਭੇਡ ਨੂੰ ਕਫਰ ਕਿਵੇਂ ਦਿੱਤਾ ਵੀ ਪੁੱਛਿਆ ਕਿਆਮਤ ਵਾਲੇ ਦਿਨ ਗਰੀਬ ਇਮਾਮ ਕੋਲੋਂ ਜੋ ਭੇਡ ਨੂੰ ਗੁੱਸਾ ਲਾ
ਹਵੇਵਤਾਂ ਨਾਲ ਆ ਹੁਸਲ ਹੋਇਆ ਕਫਨ ਜਨਾਜ਼ਾ ਤਿਆਰ ਹੈ ਜਾਂ ਮੈਂ ਤੇ ਇਵੇਂ ਪੜਦਾ ਰਹਿਣਾ ਬੇਣ ਦੇ ਹਾਥੀ ਬਦੇ ਤੂੰ ਕੋਸ਼ਿਸ਼ ਤੇ ਕਰ ਯਾਰ ਤੇ ਵਿਰਾਹ ਦੇ ਹਾਥੀ ਬਦੇ ਭਾਈ ਜਾਨ ਸ਼ਾਮ ਦੀਆਂ ਗਲੀਆਂ ਹੇਕ ਜ਼ਈਫਾ ਹੇਕ ਨਾਲ 5 ਸਾਲ ਦਾ ਬਾ ਕਹਿਰ ਖੁਦਾ ਗਵਾ ਇਹ ਨਿਕਲੀਆਂ ਵਾਲੇ ਹੱਥਾਂ ਦੇ ਭਾਈ ਇੰਤਜ਼ਾਰ ਇਹ ਨਿਕਲੀਆਂ ਵਾਲੇ ਹੱਥਾਂ ਤੇ ਗਰੀਬੀ ਮਾਂ ਭੇਣ ਦਾ ਜਨਾਜ਼ਾ ਚਾਹਿਆ ਬਾਕਰ ਨਾਲੇ ਫਿਜ਼ਾ ਨਾਲੇ ਪਹਿਲੀ ਗਲੀ ਗਰੀਬ ਸ਼ਾਮ ਦੀ ਮੁੜੇ ਸ਼ਾਮੀ ਹਸਨ ਇਹਨਾਂ ਦਾ ਹਸਣਾ ਗਰੀਬ ਰੋਂਦਾ ਰੋਂਦਾ ਮਿੱਟੀ ਤੇ ਬਹਿ ਗਏ ਆਇਆ ਕਿ ਵਕਤ ਮੇਰੇ ਇਮਾਮ ਨੂੰ ਯਾਰ ਤੇ ਰੋ ਰੋ ਕੇ ਵਧਿਆ ਨੇ ਮੈਂ ਕੋ ਲੋਗੋ ਰੋ ਰੋ ਕੇ ਵਧਿਆ ਨੇ ਮੁਸਾਫਿਰ ਮਦੀਨੇ ਦਾ ਮੇਥੇ ਉਤਨੀ ਗਰੀਬੀ ਸੈਯਦਾ ਦਾ ਕਫਨ ਦੀ ਜਾ ਸਕੀਨਾ ਕੋ ਚੋਲਾ ਹੋ ਬੰਦਰ ਯਾਰ ਕਿਆ ਰੱਖ ਵਾਲੀ ਆ ਕਾਦਰੀ ਜੋੜ ਨੇ ਜਵਾਨਾ ਬਾਪੀ ਆਖਰੀ ਜੁਮਲਾ ਅੱਜ 4 ਦਿਹਾੜੇ ਹੋ ਗਏ ਜ਼ਿਕਰ ਨੂੰ ਸ਼ੁਰੂ ਹੋਇਆ ਅਜ਼ਾਦਾਰਾ ਯਕਾ ਮੁਹਰਮ ਦੇ ਰੋਣ ਲੱਗੇ ਹੋ ਓ ਜਵਾਨਾ ਬਾਪੀ ਅੱਲਾ ਦੀ ਪੂਰੀ ਕੈਨਾਤ ਦੇ ਵਿੱਚ ਜਿੰਨੇ ਮਜ਼ਹਬ ਹਰ ਮਜ਼ਹਬ ਦਾ ਹੀ ਉਹ ਕਾਨੂੰਨ ਹੈ ਬੋਲ ਕੇ ਮੇਰੀ ਗੱਲ ਦਾ ਜਵਾਬ ਦੱਸੋ ਪੂਰੀ ਕਾਦੀ